ਹਰਜੀਤ ਦਾ ਦੋਵਾਂ ਨੂੰ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸਪਾਉਸ ਓਪਨ ਪਪਾ ਮਿੰਦੀ ਜੋ ਕਿ ਕਾਫੀ ਆਣੇ ਨੇ ਪੁੱਛ ਰਹੇ ਨੇ ਕਿ ਰਿਜ਼ਲਟ ਇਸ ਟਾਈਮ ਦੇ ਉੱਤੇ ਆ ਰਹੇ ਨੇ ਜਾਂ ਨਹੀਂ ਆ ਰਹੇ ਹੈਗੇ ਤੇ ਦੂਜੀ ਗੱਲ ਕਾਫੀ ਆਣੇ ਇੱਕ ਮਿਸਟੇਕ ਕਰ ਰਹੇ ਨੇ ਆਪਣੀ ਫਾਈਲ ਦੇ ਵਿੱਚ ਜਿਸ ਕਰਕੇ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜਾਣੇ ਜਿਹੜੀਆਂ ਉਹਨਾਂ ਦੀਆਂ ਰਿਫਿਊਜ਼ਲਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਗਿਆ ਤੇ ਫਿਰ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਸਕਸੈਸਰੀਟ ਚੱਲ ਰਿਹਾ ਕੀ ਲੱਗ ਰਿਹਾਗਾ ਕਿਸ ਤਰ੍ਹਾਂ ਦੇ ਰਿਜ਼ਲਟ ਤੇ ਕਦੋਂ ਤੱਕ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਲਾਸਟ ਤੇ ਵਿੱਚ ਜ ਇਸ ਚੀਜ਼ ਤੋਂ ਕੋਪਰਾਏ ਹੋਏ ਨੇ ਉਸ ਚੀਜ਼ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਵੀਡੀਓ ਨੂੰ ਸ਼ੁਰੂਤ ਲੈਣ ਤੱਕ ਜੂੜ ਦੇਖਿਓ ਵੀਡੀਓ ਤੁਹਾਡੀ ਇਨਫੋਰਮੇਟਿਵ ਹੋਊਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਤੇ ਹੁਣ ਆਪਾਂ ਜਿਹੜੀ ਵੀਡੀਓ ਹੈ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਸਪਾਉਸ オーपन ਪਰਮਨੈਂਟ ਤੇ ਰਿਜ਼ਲਟਸ ਤੱਕ ਕਾਫੀ ਆਣੇ ਨੇ ਜਿਹੜੇ ਲੰਬੇ ਸਮੇਂ ਤੋਂ ਵੇਟ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਚੀਜ਼ ਹੈਗੀ ਆ ਕਿ ਸਾਡਾ ਰਿਜ਼ਲਟ ਕਦੋਂ ਤੱਕ ਆਊਗਾ ਕਿਉਂਕਿ ਹਰਕ ਦੇ ਜਰੀਏ 'ਚ ਇਹ ਚੀਜ਼ ਆਉਂਦੀ ਹੈ ਕਿ ਯਾਰ ਹੁਣ ਤਾਂ ਵਿਜ਼ਟਰ ਵੀਜ਼ੇ ਤੇ ਰਿਜ਼ਲਟ ਵੀ ਉਹਨਾਂ ਨੇ ਦੇਣੇ ਸ਼ੁਰੂ ਕਰ ਦਿੱਤੇ ਹੁੰਦਾ ਟਰੈਵਲ ਵੀ ਓਪਨ ਹੋ ਗਿਆ ਤੇ ਹੁਣ ਤਾਂ ਜਿਹੜੀ ਹੈਗੀਆਂ ਇਲੈਕਸ਼ਨਸ ਵੀ ਹੋ ਗਈਆਂ ਜਾਂ ਫਿਰ ਟਰੈਵਲ ਵੀ ਜਾਂ ਫਲਾਈਟਸ ਵੀ ਜਿਹੜੀਆਂ ਹੁਣ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਗਿਆ ਤੇ ਹੁਣ ਰਿਜ਼ਲਟ ਸਾਡੇ ਕਿਉਂ ਨਹੀਂ ਮਿਲ ਰਹੇ ਹੈਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਮੈਂ ਰਿਜ਼ਲਟ ਨੇ ਉਹ ਰੈਗੂਲਰ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਪਰ ਇਸ ਟਾਈਮ ਦੇ ਉੱਤੇ ਤੁਹਾਨੂੰ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਰਿਫਿਊਜ਼ਲ ਰੇਟ ਥੋੜਾ ਜਿਆਦਾ ਚੱਲ ਰਿਹਾ ਹੈਗਾ ਅਪਰੂਵਲ ਰੇਟ ਨਾਲੋਂ ਉਸਦੇ ਵੀ ਕੁਝ ਮੇਨ ਰੀਜ਼ਨ ਨੇ ਕੁਝ ਐਪਲੀਕੈਂਟ ਨੇ ਕੁਝ ਆਪਣੀ ਫਾਈਲ ਦੇ ਵਿੱਚ ਕਾਫੀ ਜੋ ਮਿਸਟੇਕਸ ਕੀਤੀਆਂ ਨੇ ਜਿਸ ਕਰਕੇ ਉਹਨਾਂ ਨੇ ਰਿਫਿਊਜ਼ਲ ਦੇਖਣ ਨੂੰ ਮਿਲਦੀਆਂ ਨੇ ਜਾਂ ਫਿਰ ਕੁਝ ਏਜੰਟ ਜਾਂ ਲਾਇਰ ਦੀ ਗਲਤੀ ਕਰਕੇ ਉਹਨਾਂ ਨੂੰ ਰਿਫਿਊਜ਼ਲ ਦੇਖਣ ਨੂੰ ਮਿਲਦੀਆਂ ਨੇ ਗਿਆ ਤਾਂ ਸਭ ਤੋਂ ਸੋਲਾ ਤੁਹਾਨੂੰ ਮੇਨ ਰੀਜ਼ਨ ਦੱਸਦੇ ਮੈਂ ਕਿ ਕਾਫੀ ਲੰਮੇ ਸਮੇਂ ਤੋਂ ਫਾਈਲਾਂ ਲ ਸੋਨ ਗੱਲ ਕਰਦੇ ਮੈਂ ਕਾਫੀ ਏਜੰਟ ਜਾਂ ਲਾਇਰ ਦੀ ਗਲਤੀ ਜਿਸ ਕਰਕੇ ਕਿ ਐਪਲੀਕੇਟਰ ਨੂੰ ਜਿਹੜਾ ਨਹੀਂ ਪਤਾ ਹੁੰਦਾ ਕਿ ਸਾਡੇ ਸਪਾਊਸ ਦਾ ਜੋ ਸਟੇਟਸ ਚੇਂਜ ਹੋ ਰਿਹਾ ਤੇ ਇਸ ਵਾਸਤੇ ਸਾਨੂੰ ਕੀ ਕੁਝ ਡਾਕੂਮੈਂਟ ਜਾਂ ਕੀ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ ਉਸ ਦੇ ਵਿੱਚ ਮਾਰ ਖਾ ਜਾਂਦੇ ਨੇ ਕੁਝ ਏਜੰਟਸ ਨੇ ਜੋ ਸਟੱਡੀ ਵੀਜ਼ਾ ਅਪਲਾਈ ਕਰਦੇ ਨੇ ਬਟ ਉਹਨਾਂ ਨੂੰ ਸਪਾਊਸ ਬਾਰੇ ਪਤਾ ਨਹੀਂ ਹੁੰਦਾ ਤੇ ਉਹਨਾਂ ਤੋਂ ਜੋ ਆਪਾਂ ਸਪਾਊਸ ਆਫਨ ਬਮਪਡ ਦੀ ਫਾਈਲ ਲਗਾ ਲੈਣੇ ਆ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਕਹੂੰਗਾ ਇਸ ਦਾ ਇਹੀ ਇੱਕ ਮੇਨ ਰੀਜ਼ਨ ਚੱਲ ਰਿਹਾ ਕਿਉਂਕਿ ਡੇਢ ਦੋ ਸਾਲ ਤੋਂ ਉੱਪਰ ਹੋ ਗਿਆ ਤੇ ਸਟੱਡੀ ਵਗੈਰਾ ਸਾਰਿਆਂ ਦੀ ਸਪਾਊਸ ਦੀ ਜਿਹੜੀ ਕੰਪਲੀਟ ਹੋ ਚੁੱਕੀ ਆ ਉਹ ਆਪਣੇ ਵਰਕ ਪਰਮਿ ਬਾਦ ਤੁਹਾਡੀ ਜਿਹੜੀ ਫਾਈਲ ਅੱਗੇ ਪ੍ਰੋਸੈਸ ਹੁੰਦੀ ਹੈਗੀ ਵਰਕ ਪਰਮਿਟ ਵਾਸਤੇ ਤੇ ਕਾਫੀ ਆਨੇ ਏਜੰਟ ਕਹਿ ਦਿੰਦੇ ਨੇ ਕਿ ਤੁਹਾਡੀ ਜੇਕਰ ਸਟੱਡੀ ਤੇ ਲੱਗੀ ਹੋਈ ਹੈ ਤਾਂ ਉਹਨੂੰ ਲੱਗੀ ਰਹਿਣ ਨੂੰ ਕੋਈ ਸਾਨੂੰ ਸਟੇਟਸ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਜੇਕਰ ਤੁਸੀਂ ਸਟੇਟਸ ਦੱਸੋਗੇ ਤਾਂ ਤੁਹਾਡੀ ਫਾਈਲ ਰਿਫਿਊਜ਼ ਹੋ ਜਾਊਗੀ ਇਹ ਬਿਲਕੁਲ ਵੀ ਨਹੀਂ ਹੈਗਾ ਵਰਕ ਪਰਮਿਟ ਦੇ ਉੱਤੇ ਵੀ ਜਿਹੜੀ ਤੁਹਾਨੂੰ ਵੀਜ਼ਾ ਜਿਹੜਾ ਮਿਲ ਜਾਂਦਾ ਹੈਗਾ ਪਰ ਉਸ ਦੀਆਂ ਕੁਝ ਰਿਕੁਆਇਰਮੈਂਟ ਹੁੰਦੀਆਂ ਨੇ ਉਹ ਤੁਹਾਨੂੰ ਕੰਪਲੀਟ ਕਰਨੀਆਂ ਪੈਂਦੀਆਂ ਨੇ ਕਿ ਇਸ ਤੋਂ ਬਾਅਦ ਤੁਹਾਨੂੰ ਡੈਫੀਨਿਟਲੀ ਜਿਹੜਾ ਤੁਹਾਡੇ ਸਪਾਊਸ ਦੇ ਨਾਲ ਤੁਹਾਨੂੰ ਵੀਜ਼ਾ ਜਿਹੜਾ ਮਿਲ ਜਾਂਦਾ ਜੇਕਰ ਤੁਹਾ ਲੈਵਲ ਦੀ ਜੌਬ ਹੁੰਦੀ ਹੈ ਇਸ ਤੋਂ ਬਾਅਦ ਜੋ ਤੁਹਾਨੂੰ ਹੈਗਾ ਜੌਬ ਆਫਰ ਲੈਟਰ ਹੁੰਦਾ ਹੈ ਜਾਂ ਜੌਬ ਲੈਟਰ ਤੁਸੀਂ ਕਹਿ ਸਕਦੇ ਹੋ ਉਹ ਤੁਹਾਡੇ ਲਈ ਹੋਣਾ ਚਾਹੀਦਾ ਹੈਗਾ ਇਸ ਤੋਂ ਬਾਅਦ ਤੁਹਾਨੂੰ ਪੇ ਸਲਿੱਪਸ ਜੋ ਕਿ ਨੌਕੋਡ ਦੀਆਂ ਹੁੰਦੀਆਂ ਨੇਗੀਆਂ ਜੋ ਤੁਸੀਂ ਜੌਬ ਕਰ ਰਹੇ ਹੋ ਉਸਦੇਆਂ ਜੋ ਪੇ ਸਲਿੱਪਸ ਆਉਣੀਆਂ ਤਿੰਨ ਉਹ ਲੱਗਦੀਆਂ ਨੇਗੀਆਂ ਤਿੰਨੇ ਜਾਂ ਦੋ ਤੁਸੀਂ ਲਗਾ ਸਕਦੇ ਹੋਗੇ ਲੋਕਿ ਦੋ ਤੋਂ ਦੋ ਮਹੀਨਿਆਂ ਦੇ ਵਿੱਚ ਵਿੱਚ ਦੇ ਸਾਨੂੰ ਮਿਲ ਜਾਂਦੀਆਂ ਨੇਗੀਆਂ ਤਾਂ ਤੁਹਾਨੂੰ ਤਾਂ ਇਸ ਦੇ ਵਿੱਚ ਇਹ ਤਿੰਨ ਚੀਜ਼ਾਂ ਨੇ ਰਿਕੁਆਇਰਮੈਂਟ ਹੋ ਹੈਗੀਆਂ ਨੇ ਤੇ ਉਹ ਤੁਹਾਨੂੰ ਪ੍ਰੋਵਾਈਡ ਹੀ ਨਹੀਂ ਕਰਨੀਆਂ ਪੈਂਦੀਆਂ ਨੇ ਬਰਕਰ ਪਰਮਟ ਤੁਸੀਂ ਆਪਣੀ ਵਾਈਫ ਦਾ ਜਿਹੜਾ ਅਪਡੇਟ ਕਰਨੇ ਕਰਨਾ ਹੈਗਾ ਜਿਸ ਦੇ ਨਾਲ ਫਾਈਲ ਆਫੀਸਰ ਨੂੰ ਜਿਹੜ ਚਲ ਜੀ ਕਿ ਛੋਡੀ ਵਾਈਫ ਦਾ ਜਿਹੜਾ ਸਟੇਟਸ ਆ ਉਹ ਚੇਂਜ ਹੋ ਚੁੱਕਿਆ ਤੇ ਉਹ ਅੱਗੇ ਛੋਡੀ ਫਾਈਲ ਨੂੰ ਉਸ ਤਹਸਾਬ ਨਾਲ ਪ੍ਰੋਸੈਸ ਕਰੇ ਉਸ ਤਰੀਕੇ ਨਾਲ ਪ੍ਰੋਸੈਸ ਕਰੇ ਕਿ ਵਰਕ ਪਰ ਮਿਲਤ ਨੇ ਤਾਂ ਸਾਨੂੰ ਕਿਸ ਤਰ੍ਹਾਂ ਦੀ ਛੋਡੀ ਫਾਈਲ ਜਿਹੜੀ ਹੋਣੀ ਚਾਹੀਦੀ ਹੈ ਕਿ ਸਟੱਡੀ ਪਰਮਿਟ ਇੱਕ ਅਲੱਗ ਚੀਜ਼ ਹੈ ਤੇ ਵਰਕ ਪਰਮਿਟ ਇੱਕ ਅਲੱਗ ਚੀਜ਼ ਹੈ ਇਹ ਚੀਜ਼ ਤੁਸੀਂ ਜਰੂਰ ਕੰਪਲੀਟ ਕਰਨੀ ਹੈ ਜੇਕਰ ਤੁਸੀਂ ਇਹ ਚੀਜ਼ ਕੰਪਲੀਟ ਨਹੀਂ ਕਰੋਗੇ ਤਾਂ ਸਾਨੂੰ ਡੈਫੀਨਿਟਲੀ ਮੈਂ ਸਾਨੂੰ 100% ਕਹਿ ਸਕਦਾ ਸਾਨੂੰ ਰਿਫਿਊਜ਼ਲ ਹੀ ਦੇਖਣ ਨੂੰ ਮਿਲੇਗੀ ਤੇ ਨੈਕਸਟ ਆਪਾਂ ਗੱਲ ਕਰ ਲੈਣੇ ਕਿ ਬੈਕਲੋਗ ਹੈ ਕਦੋਂ ਤੱਕ ਕਲੀਅਰ ਹੋ ਜਾਊਗਾ ਕਾਫੀ ਅ ਕਿ ਨੂੰ ਸਾਡਾ ਬੈਕਲੌਗ ਜਿਹੜਾ ਕਲੀਅਰ ਹੋ ਜੂਗਾ ਦੇਖੋ ਤੁਹਾਨੂੰ ਮੈਂ ਦੱਸ ਦੇਵਾਂ ਮੈਂ ਕਾਫੀ ਜੋ ਵੀਡੀਓ ਬਣਾ ਚੁੱਕੇ ਨੇ YouTube ਦੇ YouTube ਦੇ ਉੱਤੇ ਕਾਫੀ ਲੋਕ ਨੇ ਜਿਹੜੇ ਦੱਸ ਚੁੱਕੇ ਨੇ ਕੀ ਚੀਜ਼ ਕਦੋਂ ਹੋਣੀ ਹੈ ਗਿਆ ਨਾ ਬਟ ਮੈਂ ਤੁਹਾਨੂੰ ਦੱਸ ਦੇਵਾਂ ਇਸ ਟਾਈਮ ਦੇ ਉੱਤੇ ਜੋ ਕਿ ਪ੍ਰੈਜ਼ੈਂਟ ਦੇ ਵਿੱਚ ਆਪਣਾ ਇਸ ਟਾਈਮ ਤੇ ਚੱਲ ਰਿਹਾ ਤਾਂ ਤੁਹਾਨੂੰ ਦੱਸ ਦੇਵਾਂ ਅਗਸਤ ਤੇ ਸਪਟੰਬਰ ਦੀਆਂ ਫਾਈਲਾਂ ਦੇ ਰਿਜ਼ਲਟ ਨੇ ਉਹ ਬਹੁਤ ਜ਼ਿਆਦਾ ਆ ਰਹੇ ਨੇ ਇਹ ਗੱਲ ਹੈਗੀ ਹੈ ਕਿ ਕੁਝ ਰਿਫਿਊਜ਼ਲ ਦੇਖਣ ਨੂੰ ਮਿਲ ਰਹੇ ਨੇ ਹੈਗੀਆਂ ਸੋ ਨੂੰ ਵੀ ਪਤਾ ਹੈ ਕਾਫੀ ਆਣੇ ਨੂੰ ਪਤਾ ਹੈ ਕਿ ਰਿਫਿਊਜ਼ਲਸ ਨੇ ਲੋਕ ਬਿਲਕੁਲ ਵੀ ਸ਼ੇਅਰ ਨਹੀਂ ਕਰਦੇਗੇ ਕੁਝ 50 ਤੋਂ 60% ਲੋਕ ਇਨੀ ਜਿਹੜੀ ਆਪਣੀ ਅਪਰੂਵਲਸ ਵੀ ਸ਼ੇਅਰ ਕਰਦੇ ਨੇਗੇ ਰਿਫਿਊਜ਼ਲ ਤਾਂ ਸਿਰਫ 10 ਤੋਂ 20% ਹੀ ਲੋਕ ਜਿਹੜੇ ਸ਼ੇਅਰ ਕਰਦੇ ਨੇਗੇ ਤਾਂ ਇਸੇ ਕਰਕੇ ਆਪ ਨੂੰ ਕਾਫੀ ਜੋ ਹੱਦ ਤੱਕ ਇਹ ਚੀਜ਼ ਲੱਗ ਰਹੀ ਹੈ ਕਿ ਹੁਣ ਨੇ ਜਿਹੜੇ ਰਿਜ਼ਲਟ ਨੇ ਉਹ ਕੱਟ ਆ ਰਹੇ ਨੇਗੇ ਬਟ ਨਹੀਂ ਇਹ ਚੀਜ਼ ਹੈ ਨਹੀਂ ਰਿਜ਼ਲਟਸ ਆ ਰਹੇ ਨੇ ਤੇ ਹੁਣ ਸਾਨੂੰ ਕਹਿ ਸਕਦਾਾਂਗੇ ਕਿ ਜੇਕਰ ਹੁਣ ਜਿਸ ਹਿਸਾਬ ਨਾਲ ਸਾਰੀਆਂ ਚੀਜ਼ਾਂ ਓਪਨ ਹੋ ਚੁੱਕੀਆਂ ਨੇ ਸਭ ਕੁਝ ਜਿਹੜਾ ਨਾਰਮਲੀ ਸਟੈਂਡ ਉਤੇ ਚੱਲ ਰਿਹਾਗਾ ਤਾਂ ਹੁਣ ਨੂੰ ਮਿਲਣਗੇ ਤੇ ਮੰਥ ਵਾਈਜ਼ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਫਿਰ ਕਾਫੀ ਆਹਨਾਂ ਦਾ ਕੁਐਸਚਨ ਆ ਜਾਂਦਾ ਕਿ ਅਸੀਂ 2020 ਵਾਲਿਆਂ ਤੇ ਸਾਡਾ ਰਿਜ਼ਲਟ ਕਦੋਂ ਤੱਕ ਦੇਖਣ ਨੂੰ ਮਿਲੂਗਾ ਜੇਕਰ ਉਹਨੇ ਸੀਰੀਅਲ ਵਾਈਜ਼ ਦੇਖੋ ਸਾਰੀਆਂ ਫਾਈਲਾਂ ਦੇ ਜੋ ਰਿਜ਼ਲਟ ਨੇ ਉਹ ਸੀਰੀਅਲ ਵਾਈਜ਼ ਨਹੀਂ ਆਉਣਗੇ ਬਟ ਹਾਂ ਜੋ ਕਿ ਮੰਥ ਵਾਈਜ਼ਲੀ ਜਿਹੜੇ ਕਹਿ ਰਹੇ ਨੇ ਅਗਸਤ ਸਤੰਬਰ ਤੇ ਕੁਝ ਇਸ ਤੋਂ ਪਹਿਲਾਂ ਦੀਆਂ ਫਾਈਲਾਂ ਲੱਗੀਆਂ ਹੋਣੀਆਂ ਉਹਨਾਂ ਦੇ ਰਿਜ਼ਲਟ ਵੀ ਇੱਕਾ ਦੁਕਾ ਇੱਕਾ ਦੁਕਾ ਦੇਖਣ ਨੂੰ ਮਿਲ ਰਹੇ ਨੇਗੇ ਤੇ ਮੈਂ ਤੁਹਾਨੂੰ ਕਹੂੰਗਾ ਕਿ ਉਹਨਾਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਜੋ ਸਕਸੈਸ ਰ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਕੰਪਲੀਟ ਕਰਦੇ ਹੋ ਸਾਰੇ ਡਾਕੂਮੈਂਟ ਆ ਪ੍ਰੋਵਾਈਡ ਕਰ ਦੋਗੇ ਤਾਂ ਸਕਸੈਸ ਰੇਟ ਆ ਜਿਹੜਾ ਵੱਧ ਜਾਊਗਾ ਤੇ ਜੇਕਰ ਤੁਸੀਂ ਕਹੋਗੇ ਪ੍ਰੋਸੈਸਿੰਗ ਟਾਈਮ ਆ ਜਿਹੜਾ 29 ਵੀਕਸ ਹੋ ਚੁੱਕਿਆ ਹੈ ਤਾਂ ਮੈਂ ਤੁਹਾਨੂੰ ਕਹਾਂਗਾ ਤੁਸੀਂ ਪ੍ਰੋਸੈਸਿੰਗ ਟਾਈਮ ਤੇ ਨਾ ਜਾਓ ਉਸ ਦੇ ਹਿਸਾਬ ਨਾਲ ਉਹ ਵਰਕ ਆ ਜਿਹੜਾ ਬਿਲਕੁਲ ਨਹੀਂ ਕਰ ਰਹੇ ਬਹੁਤ ਸਾਰੀਆਂ ਫਾਈਲਾਂ ਨੂੰ ਵੀ ਲਗਭਗ 29 ਵੀਕ ਜਿਹੜੇ ਹੋ ਚੁੱਕੇ ਨੇਗੇ ਤਾਂ ਤੁਹਾਨੂੰ ਬਿਲਕੁਲ ਵੀ ਘਰੌਂਡ ਦੀ ਜ਼ਰੂਰਤ ਨਹੀਂ ਹੈਗੀ ਤੇ ਆਨਲਾਈਨ ਟਾਈਮ ਦੇ ਵਿੱਚ ਇਹ ਜੋ 29 ਵੀਕਸ ਹੈਗੇ ਨੇ ਇਹ ਘਟਨੇ ਜਿਹੜੇ ਸ਼ੁਰੂ ਹੋ ਜਾਣਗੇ ਤੇ ਲਾਸਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਾਫੀ ਇਹਨਾਂ ਦਾ ਕੁਐਸਚਨ ਆਉਂਦਾ ਹੈ ਕਿ ਇੰਡੀਆ ਦੇ ਵਿੱਚ 3 ਵੇਵ ਤਾਂ ਨਹੀਂ ਆਊਗੀ ਜਿਸ ਕਰਕੇ ਸਾਡਾ ਦੁਬਾਰਾ ਜੋ ਸਾਰੀ ਚੀਜ਼ ਜੋ ਓਪਨ ਹੋਈਆਂ ਨੇ ਤੇ ਕਿਤੇ ਦੁਬਾਰਾ ਨਾ ক্লোਜ਼ ਹੋ ਜਾਣ ਦੇਖੋ ਜੋ ਮੈਂਨੇ ਲੇਟੈਸਟ ਜਿਹੜੀ ਨਿਊਜ਼ ਦੇਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਚੀਜ਼ ਕਹੀ ਹੈ ਐਮਜ਼ ਦੇ ਹਸਪਤਾਲ ਦੇ ਡਾਕਟਰ ਨੇ ਕਿ ਹੁਣ 3 ਵੇਵ ਜਿਹੜੀ ਹੈਗੀ ਹੈ ਇੰਡੀ ਦੇ ਵਿੱਚ ਆਉਣ ਦੇ ਕੋਈ ਵੀ ਚਾਂਸਸ ਜਿਹੜੇ ਸਟੈਂਡ ਦੇ ਉੱਤੇ ਨਹੀਂ ਲੱਗ ਰਹੇ ਹੈਗੇ ਕਿਉਂਕਿ ਕੋਵਿਡ ਦੇ ਨੰਬਰ ਡੇ ਬਾਏ ਡੇ ਡਿਕਰੀਜ਼ ਹੋ ਰਹੇ ਨੇ ਤੇ ਜੋ ਵੈਕਸੀਨੇਸ਼ਨ ਆ ਉਹ ਵੀ ਵੱਡੇ ਲੈਵਲ ਤੇ ਜਿਹੜੀ ਲੱਗਣੀ ਉਹ ਸ਼ੁਰੂ ਹੋ ਗਈ ਯਾਦ ਲਵੇ ਨਹੀਂ ਹੈਗੀ ਤੇ ਜੇਕਰ ਵੈਕਸੀਨੇਸ਼ਨ ਇਸੇ ਹਿਸਾਬ ਨਾਲ ਹੁੰਦੀ ਹੈ ਤੇ 3 ਵੇਵ ਇੰਡੀਆ ਦੇ ਵਿੱਚ ਕਦੇ ਵੀ ਨਹੀਂ ਆਉਣੀ ਬਟ ਉਹਨਾਂ ਨੇ ਇਹ ਚੀਜ਼ ਵੀ ਕਹੀ ਹੈ ਕਿ ਕੋਵਿਡ ਕਦੇ ਵੀ ਕਿਸੇ ਵੀ ਕੰਟਰੀ ਜਾ ਕੇ ਲਾ ਲੂ ਇੰਡੀਆ ਦੇ ਵਿੱਚ ਕਦੇ ਵੀ ਖਤਮ ਨਹੀਂ ਹੋਣ ਵਾਲਾ ਹੈਗਾ ਉਹ ਹਮੇਸ਼ਾ ਦੀ ਤਰ੍ਹਾਂ ਐਵੇਂ ਹੀ ਰਹੂਗਾ ਜਿਵੇਂ ਆਪਣੀ ਖੰਗ ਜਖਾਮ ਆਪਾਂ ਕਹਿ ਸਕਦੇ ਹਾਂ ਜਾਂ ਰਹਿੰਦਾਗਾ ਤਾਂ ਮੈਂ ਤੁਹਾਨੂੰ ਇਹ ਕਹੂੰਗਾ ਤੁਹਾਨੂੰ ਬਿਲਕੁਲ ਵੀ ਕਰਾਉਣ ਦੀ ਜ਼ਰੂਰਤ ਨਹੀਂ ਡੈਫੀਨਿਟਲੀ ਰਿਜ਼ਲਟ ਜਿਵੇਂ ਰੈਗੂਲਰ ਹੀ ਆਉਂਦੇ ਨੇ ਉਸੇ ਹਿਸਾਬ ਨਾਲ ਜਿਹੜੇ ਆਉਂਦੇ ਰਹਿਣਗੇ ਤੇ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਨਾਰਮਲ ਹੋ ਚੁੱਕੀਆਂ ਨੇ ਤੇ ਸਟੂਡੈਂਟ ਵਗੈਰਾ ਦੇ ਰ ਕਿਸੇ ਤਰ੍ਹਾਂ ਦਾ ਕੋਈ ਬੈਕਲੌਗ ਹੈ ਜਿਹੜਾ ਐਮਬੈਸੀ ਲੈਵੇ ਨਹੀਂ ਰਹੂਗਾ ਤੇ ਇਸ ਲਈ ਸਾਰੀ ਕੈਟਾਗਰੀ ਦੇ ਰਿਜ਼ਲਟ ਨੇ ਉਹ ਰੈਗੂਲਰੀ ਉਹਨਾਂ ਨੂੰ ਦੇਖਣ ਨੂੰ ਮਿਲਣਗੇ ਤਾਂ ਇਹ ਵੀ ਬਿਨ ਸੋਣੇ ਇਹੇ ਸ਼ੇਅਰ ਕਰਨਾ ਜੇਕਰ ਤੁਹਾਨੂੰ ਵੀਡੀਓ ਦੇ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਹੀਂ ਮੈਂ ਤੁਹਾਨੂੰ ਗੱਡੀ ਲਈ ਐਮੇਦੇ ਨਵੀਆਂ ਨਵੀਆਂ ਵੀਡੀਓ ਲੈ ਕੇ ਆ ਚਕਾਂ ਤੇ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਹੈ ਜਿਹੜੀ ਪ੍ਰੋਵਾਈਡ ਕਰ ਸਕਾਂ ਓਕੇ ਜੀ ਥੈਂਕ ਯੂ